जनाब चाचे हमने बाल नगर मंडी माशाल्लाह वेड़े लैके आए हुए हैं। जनाब तुहानू दिखा दें एक बारी माशाल्लाह इन्हां कोल वेड़े माशाल्लाह बहुत ही प्यारे देख सकते जनाब। चाचे हमने को आप पूछ लें भी डिमांडा इन्हां दीआं की करदे ने जनाब, इन्हां दा नंबर ते इन्हां दा इलाका भी आप पूछ लें जनाब। ये इस टाइम हैगा जी बाल नगर मंडी दे विच माशाल्लाह, तुसीं देख सकते हो। वालेकुम सलाम जी। चाचे की हाल ने? ठीक ठाक। इस वेड़े दी की डिमांड करदे हो जनाब? 65000 रुपया। ते इस दी? ਇਹਦਾ ਹੀ 65000 ਰੁਪਏ। ਇਹਦਾ ਵੀ ਬੈਂਡ ਜਿਹੜਾ ਸੈਂਟਰ ਦੇ ਵਿੱਚ 85000 ਰੁਪਏ। 85000 ਰੁਪਏ ਆ। ਹਾਂਜੀ। ਇਹ ਛੋਟਾ ਸਾਰਿਆਂ ਨੂੰ ਦੇਦੀ ਜਿਆਦੀ ਡਿਮਾਂਡ ਹੈ, ਕੀ ਵਜ੍ਹਾ? ਇਹ ਖੂਬਸੂਰਤ ਹੈ ਜੀ। ਅੱਛਾ, ਜਿਆਦਾ ਖੂਬਸੂਰਤ। ਇਸ ਦੀ? ਇਹਦਾ 1,20,000 ਰੁਪਏ। 1,20,000। ਤੇ ਇਹ ਜਿਹੜਾ ਵਾ? ਇਹਦਾ 1,30,000 ਰੁਪਏ। ਇਹ ਮਾਸ਼ਾਅੱਲਾ ਬਹੁਤ ਪਿਆਰਾ ਬੱਚਾ ਵਾ। ਹਾਂਜੀ। ਉਹ ਦੂਸਰੇ ਵੀ ਆਪਣੇ ਆ? ਹਾਂਜੀ ਹਾਂਜੀ, ਇਹ ਦੋਵੇਂ ਆਪਣੇ। ਅੱਛਾ, ਉਹ ਜੋੜੀ ਦੀ ਕੀ ਡਿਮਾਂਡ ਹੈ? ਦੀ ਜੋੜੀ ਦੀ ਦੱਸ ਦੇ। ਜੋੜੀ ਦਾ 3.5 ਲੱਖ ਰੁਪਏ। 3.5 ਲੱਖ ਰੁਪਏ। ਹਾਂਜੀ। ਇਹ ਕਿਹੜੇ ਬੱਚੇ ਆ ਭਾਈ? ਇਹ ਜੀ ਤਲਗੰਗ ਲੇਤੀ ਦੇ। ਤਲਗੰਗ? ਜੀ ਜੀ। ਅੱਛਾ, ਆਪਣਾ ਨਾਮ ਵੀ ਦੱਸ ਦਿਓ ਤੇ ਆਪਣਾ ਨੰਬਰ ਵੀ ਦੱਸ। ਮੇਰੇ ਨਾਮ ਹੈ ਮੁਹੰਮਦ ਮਜ਼ਾਰ। ਹਾਂਜੀ। ਰਮਾਣਾ ਸਿਆਲ। ਠੀਕ ਹੈ। 2614। 2614। 0340। ਹਾਂਜੀ। 7080। ਠੀਕ ਹੈ। 128। ਅੱਛਾ, ਇਹ ਜਾਜੇ ਹੁਣ ਇਕਬਾਲ ਨਗਰ ਮੰਡੀ ਦੇ ਵਿੱਚ ਨੇ ਜਨਾਬ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਨਾਬ, ਮੰਡੀ ਟਾਈਮ ਤੋਂ ਬਾਅਦ ਵੀ ਇਹਨਾਂ ਕੋਲ ਜਾਨਵਰ ਮਿਲ ਸਕਦੇ ਨੇ। ਮਾਸ਼ਾਅੱਲਾ ਇਕਬਾਲ ਨਗਰ ਮੰਡੀ ਦੇ ਵਿੱਚ ਦੋਸਤ ਬੱਚੇ ਲੈ ਕੇ ਆਏ ਹੋਣੇ, ਬੜੇ ਖੂਬਸੂਰਤ ਨੇ ਜਨਾਬ। ਇਹ ਤੁਸੀਂ ਦੇਖ ਸਕਦੇ ਹੋ ਪਿਓਰ ਸਾਹੀਵਾਲ ਨਸਲ ਦੇ ਜਨਾਬ। ਇਹ ਭਾਈ ਹੁਣ ਨਾ ਵਾ, ਤੁਹਾਨੂੰ ਪਹਿਲੇ ਬੱਚੇ ਦਿਖਾ ਲਾਂ, ਫਿਰ ਭਾਈ ਉਹਨਾਂ ਕੋਲ ਇਹਨਾਂ ਦੀਆਂ ਡਿਮਾਂਡਾਂ ਵੀ ਪੁੱਛਣਾ ਨੇ, ਇਹਨਾਂ ਦਾ ਨੰਬਰ, ਇਹਨਾਂ ਦਾ ਇਲਾਕਾ ਜਨਾਬ। ਇਹ ਤੁਸੀਂ ਦੇਖ ਸਕਦੇ ਮਾਸ਼ਾਅੱਲਾ ਬੱਚੇ ਬਹੁਤ ਹੀ ਪਿਆਰੇ ਲੈ ਕੇ ਆਉਂਦੇ ਨੇ ਜਨਾਬ। ਇਹ ਪੂਰੀ ਗੱਡੀ ਭਰ ਕੇ ਲੈ ਕੇ ਆਉਂਦੇ ਨੇ ਜਨਾਬ, ਗੱਡੀ ਪੂਰੀ ਭਰ ਕੇ ਲਿਆਉਂਦੇ ਆ। ਅਗਰ ਜਾਨਵਰ ਇਹਨਾਂ ਦੇ ਵਿਕ ਜਾਂਦੇ ਆ ਜਨਾਬ, ਇਹ ਹੁਣ ਕੋਈ 3-4 ਜਾਨਵਰ ਇਹਨਾਂ ਕੋਲ ਖੁਰਤੇ ਨੇ, ਪ੍ਰਾਪਰ ਮੰਡੀ ਦੇ ਹੀ ਕਰਦੇ ਨੇ ਜਨਾਬ ਮਾਸ਼ਾਅੱਲਾ। ਤੇ ਇਹ ਥੋੜ੍ਹਾ ਜਿਹਾ ਤੁਰ ਫਿਰ ਕੇ ਦਿਖਾਉਣ ਦਾ ਮਕਸਦ ਇਹ ਹੁੰਦਾ ਕਿ ਜਨਾਬ ਜਿਹੜਾ ਦੋਸਤ ਫਿਰ ਕਹਿੰਦੇ ਨੇ ਕਿ ਜਨਾਬ ਕਮੈਂਟਾਂ ਦੇ ਵਿੱਚ ਕਿ ਇਹਦੀ ਬੈਕ ਸਾਈਡ ਨਹੀਂ ਅੱਛੀ ਤਰ੍ਹਾਂ ਦਿਖਾਈ, ਇਹਦੀ ਫਰੰਟ ਸਾਈਡ ਅੱਛੀ ਤਰ੍ਹਾਂ ਦਿਖਾਈ ਜਨਾਬ। ਤੇ ਇਹ ਤੁਸੀਂ ਦੇਖ ਸਕਦੇ ਜਨਾਬ। ਹੁਣ ਆਪਾਂ ਟੱਕਰਨੇ ਭਾਈ ਹੁਣਾਂ ਕੋਲ, ਇਹਨਾਂ ਦੀਆਂ ਪੁੱਛ ਲੈਂਦੇ ਆਪਾਂ, ਇਹਨਾਂ ਦੀਆਂ ਡਿਮਾਂਡਾਂ, ਇਹਨਾਂ ਦਾ ਨੰਬਰ ਵੀ ਤੇ ਇਲਾਕਾ, ਕਿਹੜਾ ਇਹਨਾਂ ਦਾ ਇਲਾਕਾ ਵਾ ਜਨਾਬ। ਵੈਲਕਮ ਸਲਾਮ ਜੀ। ਮੋਹਨ ਸਾਹਿਬ ਕੀ ਹਾਲ ਨੇ? ਅਲਹਮਦੁਲਿਲਾ ਅੱਲਾ ਦੇ ਸਾਹਿਬ। ਆਪਣਾ ਨਾਮ ਪਹਿਲੇ ਦੱਸ ਦਿਓ। ਮੇਰਾ ਨਾਮ ਸ਼ੌਕਤ ਅਲੀ ਜੀ। ਇਲਾਕਾ ਕਿਹੜਾ ਆਪਣਾ? ਨੀ ਹੈ 94-51-15 ਹੈ। ਇਹ ਭਾਈ ਹੁਣਾਂ ਦਾ 51 ਚੱਕਾ। ਹਾਂਜੀ ਹਾਂਜੀ। ਅੱਛਾ, ਇਸ ਵੇਲੇ ਦੀ ਮੋਹਨ ਸਾਹਿਬ ਕੀ ਡਿਮਾਂਡ ਕਰਦੇ? ਇਸ ਵੇਲੇ ਦਾ 140। 140? ਹਾਂਜੀ। ਇਹ ਗੰਜਾਇਸ਼ ਇਹਨਾਂ 'ਚ ਹੈਗੀ ਕਿ ਕੋਈ 1500 ਦੀ ਹੋ ਜਾਵੇਗਾ? ਅੱਛਾ, ਇਹ ਮੂੰਹ ਖੀਰਾ ਕਿ ਦਿੰਦਾ ਵਾ? ਖੀਰਾ। ਇਹ ਖੀਰਾ ਵਾ? ਹਾਂਜੀ ਹਾਂਜੀ। ਅੱਛਾ, ਹੁਣ ਇਹਨਾਂ ਦੀ ਸਾਨੂੰ ਡਿਮਾਂਡ ਦੱਸ ਦਿਓ। ਇਹਨਾਂ ਦਾ 95-95 ਜੀ। ਅੱਛਾ, ਤਿੰਨਾਂ ਦਾ ਹੀ? ਆਪਣਾ ਨੰਬਰ ਦੱਸ ਦਿਓ ਸਾਨੂੰ। 0305-99-400-91। ਮੰਡੀ ਟਾਈਮ ਤੋਂ ਬਾਅਦ ਵੀ ਆਪਣੇ ਕੋਲ ਜਾਨਵਰ ਮਿਲ ਸਕਦਾ? ਹਾਂਜੀ, ਮਿਲ ਜਾਂਦਾ। ਸਾਰੀਆਂ ਮੰਡੀਆਂ ਦਾ ਹੀ ਕੰਮ? ਹਾਂਜੀ ਹਾਂਜੀ, ਹਰ ਮੰਡੀ ਤੇ ਅਸੀਂ ਹੁੰਦੇ ਆ। ਯਾਨੀ ਕਿ ਲੁੱਡਣ ਵੀ ਅਸੀਂ ਹੁੰਦੇ ਆ। ਇਕਬਾਲ ਨਗਰ ਦੋ ਵਾਰੀ 8 ਦਿਨਾਂ 'ਚ ਆਉਣੇ ਆ, ਫਿਰ ਅਸੀਂ ਅੱਡੇ ਕਬੀਰ ਜਾਂਦੇ ਆ ਵੀਰੇ। ਇਕਬਾਲ ਨਗਰ ਮੰਡੀ ਕਿਹੜੇ ਕਿਹੜੇ ਦਿਨ ਲੱਗਦੀ ਹੈ ਵੀ ਦੱਸ ਦਿਓ ਥੋੜ੍ਹਾ ਜਿਹਾ? ਜੁਮੇ ਦੀ ਤੇ ਮੰਗਲ ਵਾਲੇ ਦਿਨ ਦੀ। ਅੱਛਾ, ਜੁਮੇ ਦੀ ਤੇ ਮੰਗਲ ਦੀ। ਹਾਂਜੀ। ਤੇ ਰਹਿਸ਼ ਕਿੱਥੋਂ ਦੀ ਦੱਸੀ ਆ? 5115 ਦੀ। ਇਹ ਭਾਈ ਹੁਣਾਂ ਦੀ 5115 ਦੀ ਰਹਿਸ਼ ਹੈ ਜਨਾਬ। ਇਹ ਭਾਈ ਹੁਣਾਂ ਦਾ ਨੰਬਰ ਤੁਸੀਂ ਸੁਣ ਲਿਆ ਜਨਾਬ, ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ। ਇਹ ਪ੍ਰੋਪਰ ਮੰਡੀ ਦੇ ਹੀ ਕੰਮ ਕਰਦੇ ਨੇ ਜਨਾਬ। ਇਕਬਾਲ ਨਗਰ ਮੰਡੀ ਜਨਾਬ ਹਫਤੇ 'ਚ 2 ਵਾਰ ਲੱਗਦੀ ਹੈ, ਮੰਗਲ ਤੇ ਜੁਮਾ। ਮਾਸ਼ਾਅੱਲਾ ਜੀ, ਤੁਸੀਂ ਬੱਚੇ ਦੇਖ ਸਕਦੇ ਹੋ, ਭਾਈ ਹੁਣ ਲੈ ਕੇ ਆਏ ਨੇ ਇਕਬਾਲ ਨਗਰ ਮੰਡੀ ਦੇ ਵਿੱਚ। ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਬੱਚੇ ਨੇ ਜਨਾਬ। ਤੇ ਭਾਈ ਹੁਣ ਗੋਲਾ ਪਿੰਡ ਦੀਆਂ ਡਿਮਾਂਡਾਂ ਪੁੱਛ ਲੈਣੇ ਜਨਾਬ। ਇੱਕ ਹੋਰ ਤੁਹਾਨੂੰ ਬੱਚੇ ਦਿਖਾ ਦਿਆਂ, ਫਿਰ ਤੁਸੀਂ ਜਨਾਬ ਇਹ ਦੇਖ ਸਕਦੇ ਹੋ। ਗੱਡੀਆਂ ਮਾਸ਼ਾਅੱਲਾ ਭਰ ਭਰ ਲਿਆਉਂਦੇ ਨੇ, ਮੁਨਾਸਿਬ ਮੁੱਲ ਕਰਦੇ, ਡਿਮਾਂਡਾਂ ਇਹਨਾਂ ਦੀਆਂ ਮੁਨਾਸਿਬ ਹੁੰਦੀਆਂ ਜਨਾਬ, ਇਹਨਾਂ ਦੇ ਫਰੋਖਤ ਹੋ ਜਾਂਦੇ ਨੇ। ਦੇਖਦਾ ਇਹਦਾ ਵੀ ਲੱਗਦਾ ਸੌਦਾ ਹੋ ਰਿਹਾ ਜਨਾਬ। ਇਹ ਆ ਗਿਆ ਵਪਾਰੀ ਜਿਹੜਾ ਸਟੋਰ ਫਿਰ ਕੇ ਵੇਚ ਰਿਹਾ ਮਾਸ਼ਾਅੱਲਾ। ਤੇ ਇਹ ਤੁਸੀਂ ਦੇਖ ਸਕਦੇ ਹੋ, ਭਾਈ ਹੁਣੇ ਉਹਨਾਂ ਦੀਆਂ ਡਿਮਾਂਡਾਂ ਪੁੱਛ ਲੈਂਦੇ ਜਨਾਬ। ਅਸਲਾਮੁਅਲੈਕੁਮ ਜੀ। ਵਾਲੇਕੁਮ। ਕੀ ਹਾਲ ਨੇ ਜਨਾਬ? ਸ਼ੁਕਰ। ਕੀ ਨਾਮ ਹੈ ਭਾਈ ਹੁਣਾਂ ਦਾ? ਅਬਦੁਲ ਖਾਲਿਕ। ਅੱਛਾ, ਇਹ ਭਾਈ ਸਾਨੂੰ ਥੋੜ੍ਹਾ ਜਿਹਾ ਇਹਦੀਆਂ ਡਿਮਾਂਡਾਂ ਦੱਸ ਦਿਓ ਜਰਾ ਕਾ ਕੇ। ਇਸ ਬੱਚੇ ਦੀ ਕੀ ਡਿਮਾਂਡ ਕਰਦੇ ਪਏ? ਇਹ ਬੱਚੇ ਦੀ ਇਹ 25 ਡਿਮਾਂਡ ਕਰਦੇ ਤਾਂ ਦੁੰਦਾ। ਦੁੰਦਾ ਇਹ? ਹਾਂਜੀ ਦੁੰਦਾ। ਅੱਛਾ, ਤੇ ਇਹ ਜਿਹੜਾ ਨਾਲ ਦਾ ਬੱਚਾ ਆਪਣਾ ਖੜਾ ਵਾ?
ਇਹਦੀ ਕੀ ਡਿਮਾਂਡ ਕਰਦੇ ਇਹਦੀ 1 20 1 ਲੱਖ 20 ਹਜ਼ਾਰ 20 ਹਜ਼ਾਰ ਇਹ ਵੀ ਖੀਰਾ ਕਿ ਦੁੰਦਾ ਇਹ ਖੀਰਾ ਇਹ ਖੀਰਾ ਵਾ ਪੱਕਾ ਖੀਰਾ ਕਿ ਕੱਚਾ ਵਾ ਇਹ ਇਸ ਕੁਰਬਾਨੀ ਤੋਂ ਹੋ ਜਾਣਾ ਅੱਛਾ ਇਹ ਪੱਕਾ ਖੀਰਾ ਹੀ ਹੋਇਆ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਇਹਦੀ 1 25 ਤੇ ਆ ਜਿਹੜਾ ਨਾਲ ਦਾ ਇਹਦੀ 52 ਵਾ ਅੱਛਾ ਆਪਣਾ ਨੰਬਰ ਦੱਸ ਦਿਓ ਜਨਾਬ 0346 ਹਾਂਜੀ 4015 545 ਰਾਜ ਭਾਈ ਹੁਣਾਂ ਦੀ ਕਿੱਥੋਂ ਦੀ ਸਾਡੀ ਨਵੇਂ ਮੋੜ ਦੀ ਮੰਡੀ ਟਾਈਮ ਤੋਂ ਬਾਅਦ ਵੀ ਆਪਣੇ ਕੋ ਜਾਨਵਰ ਹਾਂਜੀ ਹੁੰਦੇ ਆ ਜਾਨਵਰ ਜਿਸ ਟਾਈਮ ਮਰਜ਼ੀ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਚਾਚੇ ਹੁਣਾਂ ਕੋ ਵੜੇ ਮਾਸ਼ਾਅੱਲਾ ਬਹੁਤ ਖੂਬਸੂਰਤ ਨੇ ਇਹ ਚਾਚੇ ਹੁਣੇ 8-10 ਵੜੇ ਲੈ ਕੇ ਆਏ ਸੀ ਆ 3-4 ਵੜੇ ਬਚੇ ਨੇ ਮਾਸ਼ਾਅੱਲਾ ਤੇ ਇਹ ਚਾਚੇ ਹੁਣਾਂ ਕੋ ਆਪਾਂ ਪੁੱਛ ਰਹੇ ਹਾਂ ਇਹਨਾਂ ਡਿਮਾਂਡਾਂ ਇਹਦੀ ਡਿਮਾਂਡ ਸ਼ਮਾਂਡ ਕੀ ਕਰਦੇ ਪਏ ਨੇ ਤੇ ਇਹਨਾਂ ਦਾ ਨੰਬਰ ਤੇ ਇਹਨਾਂ ਦਾ ਇਲਾਕਾ ਵੀ ਆਪਾਂ ਪੁੱਛ ਲੈਣੇ ਨੇ ਇਹ ਤੁਸੀਂ ਦੇਖ ਲੈ ਬੱਚੇ ਜਨਾਬ ਹੁਣ ਆਪਾਂ ਕਰਦੇ ਆ ਚਾਚੇ ਨਾਲ ਗੱਲ ਇਹਨਾਂ ਦੀਆਂ ਡਿਮਾਂਡਾਂ ਕੀ ਕੀ ਕਰਦੇ ਨੇ ਜਨਾਬ ਐਨ ਮਾਰ ਇੱਕ ਵਾਰੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਚਾਚਾ ਜੀ ਕੀ ਹਾਲ ਨੇ ਅਲਹਮਦੁਲਿਲਾ ਠੀਕ ਠਾਕ ਜੀ ਅੱਲਾ ਦਾ ਕਰਮ ਆਪਣਾ ਨਾਮ ਦੱਸੋ ਪਹਿਲੇ ਅਲਾ ਯਾਰ ਇਲਾਕਾ ਕਿਹੜਾ ਆਪਣਾ ਇਕਬਾਲ ਨਗਰ ਅੱਛਾ ਤੇ ਇਹ ਬੱਚਿਆਂ ਦੀ ਸਾਨੂੰ ਡਿਮਾਂਡਾਂ ਦੱਸ ਦਿਓ ਇਸ ਬੱਚੇ ਦੀ ਕੀ ਡਿਮਾਂਡ ਕਰਦੇ ਪਏ ਹੋ ਇਸ ਬੱਚੇ ਦਾ 55,000 ਅੱਛਾ ਤੇ ਇਸ ਦਾ मंगल जुमा दो जाजे हुण इकबाल नगर मंडी ने चाचा जी तुसीं अपना नंबर दस दिओ 0345 74 61 733 माशाल्लाह भाई हुण इकबाल नगर मंडी दे विच वेड़े लै के आए ने माशाल्लाह पूरी ट्राली भर के लै के आउंदे ने माशाल्लाह इन्हां कोल अच्छे बहुत प्यारे हुंदे जनाब माशाल्लाह ਆ ਤੁਸੀਂ ਦੇਖ ਸਕਦੇ ਹੋ ਇਹਦੇ ਟਰਾਲੀ ਦੇ ਅੰਦਰ ਖੋਤੇ ਸੇਲ ਹੋ ਗਿਆ ਅੱਛਾ ਉਹ ਸੇਲ ਹੋ ਗਿਆ ਨੇ ਜਨਾਬ ਮਾਸ਼ਾਅੱਲਾ ਸਾਰੇ ਤੇ ਇਹ ਭਾਈ ਹੁਣਾਂ ਦੀ ਮਾਸ਼ਾਅੱਲਾ ਵੀਡੀਓ ਬਹੁਤ ਵਾਇਰਲ ਜਾ ਰਹੀ ਹੈ ਤਕਰੀਬਨ ਪਿਛਲੀ ਛਾੜ ਜਿਹੜਾ ਚਾੜਿਆ ਸੀ ਇੱਕ ਰੱਤੀ ਜਿਹਾ ਡੱਬਾ ਜਿਹਾ ਵੱਛਾ ਸੀ ਜਨਾਬ ਤੇ ਉਹ 1,00,000 ਬੰਦਾ ਵੇਚ ਚੁੱਕਿਆ ਜਨਾਬ ਉਹਨੂੰ ਤੇ ਉਹ ਇਹਨਾਂ ਦਾ ਫਰੁਖਤ ਵੀ ਮਾਸ਼ਾਅੱਲਾ ਹੋ ਗਿਆ ਤੁਸੀਂ ਦੇਖ ਸਕਦੇ ਮਾਸ਼ਾਅੱਲਾ ਇਹਨਾਂ ਕੋਲ ਜਾਨਵਰ ਬਹੁਤ ਖੂਬਸੂਰਤ ਹੁੰਦੇ ਨੇ ਬਾਕੀ ਦੇ ਜਿਹੜੇ ਆ ਗੱਡੀ ਦੇ ਵਿੱਚ ਖੜੋਤੇ ਨੇ ਜਨਾਬ ਟਰਾਲੀ ਦੇ ਵੇਖ ਚੁੱਕੇ ਨੇ ਇਹ ਦੋ ਬੱਚੇ ਇਹਨਾਂ ਕੋਲ ਖੜੇ ਨੇ ਇਹ ਭਾਈ ਹੁਣਾਂ ਕੋਲ ਆਪਾਂ ਇਹਨਾਂ ਦਾ ਨੰਬਰ ਵੀ ਪੁੱਛ ਲੈਂਦੇ ਹਾਂ ਤੇ ਇਹਨਾਂ ਦੀਆਂ ਡਿਮਾਂਡਾਂ ਵੀ ਪੁੱਛ ਲੈਂਦੇ ਨਾਂ ਵੀ ਪੁੱਛ ਲੈਂਦੇ ਜਨਾਬ ਇਹਨਾਂ ਦਾ ਜੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਆ ਜਨਾਬ ਠੀਕ ਠਾਕ ਅਲਹਮਦੁਲਿਲਾ ਭਾਈ ਹੁਣੇ ਆਪਣਾ ਨਾਮ ਦੱਸ ਦੇਣ ਪਹਿਲੇ ਸਾਨੂੰ ਨੂਰ ਅਮਨ ਇਲਾਕਾ ਕਿਹੜਾ ਵਾ 2614 ਅੱਛਾ ਇਸ ਬੱਚੇ ਦੀ ਕੀ ਡਿਮਾਂਡ ਕਰਦੇ ਹੋ ਜਨਾਬ ਇਸ ਬੱਚੇ ਦੀ 1,35,000 1,35,000 ਹਾਂਜੀ ਇਹ ਮੂੰਹ ਖੀਰਾ ਕਿ ਦੋਂਦਾ ਮੂੰਹ ਖੀਰਾ ਇਨਸ਼ਾਅੱਲਾ ਕੁਰਬਾਨੀ ਤੇ ਤਿਆਰ ਹੋ ਜਾਏ ਯਾਨੀ ਪੱਕਾ ਖੀਰਾ ਹਾਂਜੀ ਪੱਕਾ ਖੀਰਾ ਇਹਨਾਂ ਦੇ ਇਹ ਜਿਹੜਾ ਬੱਚਾ ਇਹ ਬੱਚੇ ਪੱਕਾ ਖੀਰਾ ਕੁਰਬਾਨੀ ਤੋਂ ਪਹਿਲੇ ਦੋਂਦਾ ਹੋ ਜਾਏ ਸੀ ਅੱਛਾ ਇਹਦੀ ਕੀ ਡਿਮਾਂਡ ਇਹਦੀ 1,20,000 1,20,000 ਹਾਂਜੀ ਇਹਨਾਂ ਗੁੰਜਾਇਸ਼ ਹੋ ਜੂ ਇਹਨਾਂ ਡਿਮਾਂਡਾਂ ਇਹਨਾਂ ਡਿਮਾਂਡਾਂ ਦੀ ਗੁੰਜਾਇਸ਼ ਥੋੜੀ ਬਹੁਤ ਹੀ ਹੈ ਲੇਕਿਨ ਥੋੜੀ ਬਹੁਤ ਹੀ ਬਹੁਤ ਜ਼ਿਆਦਾ ਨਹੀਂ ਹਾਂਜੀ 1,500 ਦੀ ਜ਼ਿਆਦਾ ਨਹੀਂ ਯਾਨੀ ਫਾਈਨਲ ਡਿਮਾਂਡ ਹੈ ਜੀ ਆਪਣਾ ਨੰਬਰ ਦੱਸ ਦੇ ਜਨਾਬ 0342 ਹਾਂਜੀ 7268 046 ਇਹ ਭਾਈ ਹੁਣੇ ਦਾ ਤੁਸੀਂ ਨੰਬਰ ਵੀ ਸੁਣ ਲਿਆ ਤੇ ਨਾਮ ਵੀ ਤੇ ਡਿਮਾਂਡਾਂ ਵੀ ਇਹਨਾਂ ਦੀਆਂ ਸੁਣੀਆਂ ਜਨਾਬ ਇਹਨਾਂ ਕੋ ਵਿਹੜੇ ਮਾਸ਼ਾਅੱਲਾ ਬਹੁਤ ਖੂਬਸੂਰਤ ਹੁੰਦੇ ਨੇ ਇਹ ਤੁਸੀਂ ਟਰਾਲੀ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਵਿਹੜੇ ਨੇ ਜਨਾਬ ਇਹਨਾਂ ਦੇ ਸੇਲ ਹੋ ਚੁੱਕੇ ਆ ਮਾਸ਼ਾਅੱਲਾ ਪੂਰੀ ਟਰਾਲੀ ਭਰ ਕੇ ਲੈ ਕੇ ਆਉਂਦੇ ਨੇ ਸਿਰਫ 2 ਵਿਹੜੇ ਰਹਿ ਗਏ ਨੇ ਜਨਾਬ ਅਗਰ ਇਹਨਾਂ ਦੇ ਕਿਸੇ ਬੰਦੇ ਨੇ ਖਰੀਦਣੇ ਹੋਣ ਜਨਾਬ ਤੇ ਮੰਡੀ ਟਾਈਮ ਤੋਂ ਬਾਅਦ ਵੀ ਇਹਨਾਂ ਨਾਲ ਰਾਬਤਾ ਕਰਕੇ ਖਰੀਦ ਸਕਦੇ ਨੇ ਇਹ ਮੰਗਲ ਤਾਂ ਜੁਮਾ ਇੱਥੇ ਇਕਬਾਲ ਨਗਰ ਮੰਡੀ ਦੇ ਵਿੱਚ ਹੀ ਇਹ ਲੈ ਕੇ ਆਉਂਦੇ ਜਨਾਬ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਇਕਬਾਲ ਨਗਰ ਮੰਡੀ ਦੇ ਵਿੱਚ ਭਾਈ ਹੁਣੀ ਵਿਹੜੇ ਲੈ ਕੇ ਉਹਨੇ ਆ ਮਾਸ਼ਾਅੱਲਾ ਬੱਚਾ ਜਿਹਾ ਇਹ ਜਿਹੜਾ ਇਸ ਨੂੰ ਵੱਡਾ ਵਾ ਜਨਾਬ ਮਾਸ਼ਾਅੱਲਾ ਇਹਦਾ ਰੰਗ ਸਫੈਦ ਆ ਜਨਾਬ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਆ ਜਨਾਬ ਤੇ ਇਹ ਵੀ ਬੱਚਾ ਦੇਖ ਸਕਦੇ ਹੋ ਯਾਨੀ ਕਿ ਇਹ ਬੱਚੀ ਆ ਜਨਾਬ ਉਹ ਬੱਚੀ ਆ ਇਹ ਬੱਚੀ ਆ ਜਨਾਬ ਮਾਸ਼ਾਅੱਲਾ ਤੇ ਇਹ ਭਾਈ ਹੁਣਾਂ ਕੋਲ ਇਹਨਾਂ ਦੀਆਂ ਡਿਮਾਂਡਾਂ ਪੁੱਛ ਲੈਂਦੇ ਵੀ ਇਹਨਾਂ ਦੀ ਡਿਮਾਂਡ ਕੀ ਕਰਦੇ ਨੇ ਜਨਾਬ ਮਾਸ਼ਾਅੱਲਾ ਇਹ ਕਾਲਾ ਜਿਹੜਾ ਚਿੱਟਾ ਬੱਚਾ ਇਹ ਬਹੁਤ ਹੀ ਖੂਬਸੂਰਤ ਆ ਨਾਲ ਦਾ ਜਿਹੜਾ ਸਾਈ ਵਾਲ ਦਾ ਜਨਾਬ ਮਾਸ਼ਾਅੱਲਾ ਅਸਲਾਮ ਵਾਲੇਕੁਮ ਜੀ ਅਸਲਾਮ ਜੀ ਕੀ ਹਾਲ ਨੇ ਜਨਾਬ ਖੈਰ ਜੀ ਕੀ ਨਾਮ ਹੈ ਭਾਈ ਹੁਣਿਆਂ ਦਾ ਯਾਸਰ ਇਲਾਕਾ ਕਿਹੜਾ ਵਾ ਇੱਥੇ ਆਜੋ ਜਰਾ ਕਿ ਇਹਨਾਂ ਦੀ ਡਿਮਾਂਡ ਦੱਸ ਦਿਓ ਜਨਾਬ 48,000 ਜੀ 48,000 ਦਾ ਹਾਂਜੀ ਅੱਛਾ ਤੇ ਇਹ ਜਿਹੜਾ 95,000 ਦਾ ਹਾਂਜੀ ਅੱਛਾ ਇਹ ਬੱਚੀ 45 ਦੀ ਅੱਛਾ ਆਪਣਾ ਕੋਈ ਨੰਬਰ ਵੀ ਦੱਸ ਦਿਓ ਜਨਾਬ ਸਾਨੂੰ 46 ਹਾਂਜੀ 59 ਹਾਂਜੀ 14 ਹਾਂਜੀ 732 ਇਲਾਕਾ ਕਿਹੜਾ ਭਾਈ ਹੁਣ ਨੱਬਾ ਮੋੜ ਨੱਬਾ ਮੋੜ ਇਹ 14 ਮੰਡੀ ਤੁਸੀਂ ਮੰਗਲ ਜੁਮਾ ਹੀ ਕਰਦੇ ਹੋ ਹਾਂਜੀ ਮੰਗਲ ਜੁਮਾ ਕਰਦੇ ਮੰਡੀ ਟਾਈਮ ਤੋਂ ਬਾਅਦ ਵੀ ਆਪਣਾ ਕੋਈ ਜਨਮ ਮਿਲ ਸਕਦੇ ਹਾਂ ਰਾਜਾਂ ਦੇ ਮਿਲ ਜਾਂਦੇ ਨੇ